ਜੰਗ 18ਵੀਂ ਸਦੀ ਦੇ ਇੱਕ ਮਹਾਨ ਜੰਗੀ ਜਰਨੈਲ ਹੋਏ ਹਨ ਜਿੱਥੇ ਉਹ ਸੰਗਤਾਂ ਦੀ ਸੇਵਾ ਤਨ ਮਨ ਨਾਲ ਕਰਦੇ ਹਨ ਉੱਥੇ ਜੰਗਾ ਵਿੱਚ ਵੀ ਅਜਿਹੀ ਬੀਰਤਾ ਦੇ ਨਾਲ ਲੜਦੇ ਸਨ ਕਿ ਵੱਡੇ 30 ਸਮਾਰਖਾਨ ਉਹਨਾਂ ਦੇ ਅੱਗੇ ਟਿਕਦੇ ਨਹੀਂ ਸਨ ਠਹਿਰਦੇ ਨਹੀਂ ਸਨ ਨਾਦਰ ਸ਼ਾਹ ਵਰਗੇ ਜ਼ਾਲਮ ਵੀ ਉਹਨਾਂ ਦੇ ਨਾਮ ਦੇ ਉੱਤੋਂ ਕਬਰਾਉਂਦੇ ਸਨ ਇਹੋ ਜੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਉਹਨਾਂ ਦਾ ਜਨਮ 1697 ਨੂੰ ਚੌਧਰੀ ਦਲੀਪ ਸਿੰਘ ਦੇ ਘਰ ਪਿੰਡ ਕਾਲੂਕੇ ਪਰਗਨਾ ਸ਼ੇਖਾਪੁਰਾ ਵਿੱਚ ਹੋਇਆ। ਉਹਨਾਂ ਦੇ ਪਿਤਾ ਮਲੌਕੀ ਪੱਤੀਦਾਰ ਦੇ ਪੱਤੀਦਾਰ ਸਨ ਅਤੇ ਗੁਰੂ ਘਰ ਦੇ ਇੱਕ ਸਿੱਧਕੀ ਸਿੱਖ ਵੀ ਸਨ। ਸਰਦਾਰ ਕਪੂਰ ਸਿੰਘ ਦਾ ਕੱਦ, ਚਿਹਰਾ, ਪਰਮਾ ਤੇ ਜੁੱਸਾ ਸ਼ਕਤੀਪਰਪੂਰ ਸੀਗੀ। ਬੁੱਧੀ ਵੀ ਆਪਜੀ ਦੀ ਬਹੁਤ ਤਿੱਖਣ ਸੀ। ਆਪਣੀ ਮਾਤਾ ਪਾਸੋਂ ਉਹਨਾਂ ਨੇ ਗੁਰਬਾਣੀ ਕੰਠ ਕੀਤੀ। ਅਤੇ ਸ਼ਾਸਤਰ ਵਿਦਿਆ ਵੀ ਸਿੱਖਾਂ ਦੇ ਕੋਲੋਂ ਸਿੱਖੀ ਅਤੇ ਆਪ ਜੀ ਨੇ ਸਨ 1721 ਦੇ ਵਿੱਚ ਭਾਈ ਮਨੀ ਸਿੰਘ ਜੀ ਪਾਸੋਂ ਅੰਮ੍ਰਿਤਸਰ ਵਿਖੇ ਜਾ ਕਰਕੇ ਅੰਮ੍ਰਿਤ ਪਾਨ ਜਿਹੜਾ ਸੀ ਉਹ ਕੀਤਾ ਜਿਵੇਂ ਜਿਵੇਂ ਸਮਾਂ ਬਤੀਤ ਹੁੰਦਾ ਗਿਆ ਅਤੇ ਇਹ ਸਮਾਂ ਉਹ ਸਮਾਂ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਚੜ੍ਹਾਈ ਕਰਨ ਜਾਣ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਤੋਂ ਬਾਅਦ 1716 ਜੂਨ ਮਹੀਨੇ ਤੋਂ ਬਾਅਦ ਫਿਰ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ ਸਨ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਤੇ ਸਿੱਖ ਘਰ-ਬਾਰ ਨੂੰ ਛੱਡ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਬੀਆ ਬਾਨਾਂ ਦੇ ਵਿੱਚ ਆਪਣਾ ਪਨਗਾਹ ਜੜੀ ਹੈ ਉਹ ਲੈ ਲਈ ਇਹ ਉਹ ਸਮਾਂ ਸੀਗਾ 1726 ਦਾ ਜਦੋਂ ਅਬਦੁਲ ਸੁਮਦ ਖਾਂ ਜਿਹੜਾ ਕਿ ਲਾਹੌਰ ਦਾ ਸੂਬੇਦਾਰ ਹੈ ਉਸ ਨੂੰ ਬਦਲ ਕੇ ਉਹਦਾ ਹੀ ਪੁੱਤ ਜ਼ਕਰੀਆ ਖਾਂ ਲਖੌਰ ਦਾ ਸੂਬੇਦਾਰ ਬਣਾ ਦਿੱਤਾ ਜਾਂਦਾ ਹੈ ਜ਼ਕਰੀਆ ਖਾਨ ਨੇ ਆਪਣੇ ਸਮੇਂ ਦੇ ਦੌਰਾਨ ਬਹੁਤ ਹੀ ਸਿੱਖਾਂ ਨੂੰ ਇਤਿਹਾਸਕਾਰਾਂ ਦੇ ਮੁਤਾਬਕ ਲਗਭਗ 10000 ਤੋਂ ਵੱਧ ਸਿੱਖਾਂ ਨੂੰ ਇਹਨੇ ਸ਼ਹੀਦ ਕੀਤਾ ਔਰ ਪਹਿਲੀ ਘਟਨਾ ਉਹ ਬਾਪਰ ਦੀ ਹੈ ਜਦੋਂ ਵਾ ਪਿੰਡ ਦੇ ਅੰਦਰ ਭਾਈ ਤਾਰਾ ਸਿੰਘ ਵਾ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਸ ਦੀ ਸ਼ਹਾਦਤ ਦੇ ਪਿੱਛੇ ਵੀ ਇੱਕ ਬੜਾ ਵੱਡਾ ਕਾਰਨ ਸੀ ਪਰ ਮੇਕੀ ਸਮਾਂ ਘਟ ਹੋਣ ਦੇ ਕਾਰਨ ਆਪਾਂ ਤੇ ਉਨੇ ਹੀ ਵਿਚਾਰਾਂਗੇ ਪਰ ਇਸ ਘਟਨਾ ਤੋਂ ਬਾਅਦ 1726 ਦੀ ਘਟਨਾ ਤੋਂ ਬਾਅਦ ਸਿੱਖਾਂ ਨੇ ਜਿਹੜਾ ਸੀਗਾ ਉਹ ਮਨ ਦੇ ਵਿੱਚ ਇਹ ਗੱਲ ਨੂੰ ਧਾਰਨ ਕਰ ਲਿਆ ਵੀ ਆਪਾਂ ਹੁਣ ਹਕੂਮਤ ਦੇ ਨਾਲ ਜਿਹੜਾ ਹੈ ਉਹ ਟੱਕਰ ਲੈਣੀ ਹੈ ਤੇ ਹਕੂਮਤ ਦੇ ਨੱਕ ਦੇ ਵਿੱਚ ਦਮ ਕਰ ਰੱਖਣਾ ਹੈ ਇਹਦੇ ਵਾਸਤੇ ਜਿਹੜਾ ਸੀ ਉਸ ਵਕਤ ਸਿੱਖਾਂ ਦੀ ਇੱਕ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਗੁਰਮਤਾ ਪਾਸ ਕੀਤਾ ਗਿਆ ਤੇ ਗੁਰਮਤਾ ਇਹ ਪਾਸ ਕੀਤਾ ਗਿਆ ਕਿ ਜਿਹੜੇ ਹਕੂਮਤ ਦੇ ਹਥਿਆਰ ਨੇ ਹਕੂਮਤ ਦੇ ਖਜ਼ਾਨੇ ਨੇ ਹਕੂਮਤ ਦੇ ਜਿੰਨੇ ਵੀ ਹੋਰ ਮਾਲ ਸੁਬਾਬ ਹੈ ਉਸ ਨੂੰ ਲੁੱਟਣਾ ਹੈ ਇਹਦੇ ਵਾਸਤੇ ਉਹਨਾਂ ਨੇ ਫਿਰ ਇਹ ਵਿਉਂਤਬੰਦੀ ਬਣਾਈ ਉਸ ਗੁਰਮਤੇ ਤੋਂ ਬਾਅਦ ਤੇ ਉਹ ਆਰੰਭ ਕਰ ਦਿੱਤਾ ਉਹਨਾਂ ਨੇ ਜਿਸ ਦੇ ਤਹਿਤ ਉਹਨਾਂ ਨੇ ਬਹੁਤ ਸਾਰੇ ਹਥਿਆਰ ਜਿਹੜੇ ਸਨ ਉਹ ਲੁੱਟੇ ਬਹੁਤ ਸਾਰੇ ਖਜ਼ਾਨੇ ਜਿਹੜੇ ਸਨ ਉਹ ਲੁੱਟੇ ਔਰ ਯਾਦ ਰੱਖਿਓ ਜਿੱਥੇ ਗੁਰੂ ਕੀ ਸਿੱਖਾਂ ਨੇ ਆਪਣੀ ਬਹਾਦਰੀ ਦਿਖਾਈ ਉੱਥੇ ਹੀ ਗੁਰੂ ਕੀ ਸਿੰਘਣੀਆਂ ਨੇ ਉਹਨਾਂ ਨੇ ਵੀ ਬੜੀ ਬਹਾਦਰੀ ਦਿਖਾਈ ਮੈਂ ਇੱਕ ਕਿੱਸਾ ਆਪਜੀ ਦੇ ਨਾਲ ਸਾਂਝਾ ਜਰੂਰ ਕਰ ਦਵਾਂ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਿੱਖ ਬੀਬੀਆਂ ਮਰਦਾਂ ਦੇ ਵਾਂਗ ਵੀਰਤਾ ਦਿਖਾਉਂਦੀਆਂ ਨੇ ਗੱਲ ਹੈ 1726 ਦੀ ਜਥੇਦਾਰ ਬਹਾਦਰ ਸਿੰਘ ਚੰਡਾਵਾ ਚਵੰਡਾ ਜਥੇਦਾਰ ਬਹਾਦਰ ਸਿੰਘ ਚਵੱਡਾ ਨਿਵਾਸੀ ਦੇ ਪੁੱਤ ਦਾ ਵਿਆਹ ਸੀਗਾ ਤੇ ਜੰਝ ਜਿਹੜੀ ਸੀ ਉਹ ਬੀ ਕੋਹ ਦੇ ਗਈ ਹੋਈ ਸੀ ਬੀ ਕੋਹ ਦਾ ਮਤਲਬ 40 ਕਿਲੋਮੀਟਰ ਦੂਰ ਗਈ ਹੋਈ ਸੀ ਤੇ ਪਿੱਛੇ ਜੜੀਆਂ ਸਨ ਕੇਵਲ ਤੇ ਕੇਵਲ ਸਿੰਘਣੀਆਂ ਸਨ ਜਿਨ੍ਹਾਂ ਦੀ ਗਿਣਤੀ 150 ਦੇ ਲਗਭਗ ਸੀ। ਕਿਸੇ ਅਕਿਰਤ ਘਣ ਨੇ ਹਕੂਮਤ ਨੂੰ ਜੜੀ ਸੀ ਉਹ ਖਬਰ ਦੇ ਦਿੱਤੀ ਕਿ ਬੀਬੀਆਂ ਘਰ ਦੇ ਵਿੱਚ ਇਕੱਲੀਆਂ ਨੇ ਤੇ ਸਿੱਖ ਜਿਹੜੇ ਨੇ ਉਹ ਕਿਸੇ ਵਿਆਹ ਦੇ ਉੱਤੇ ਗਏ ਹੋਏ ਨੇ। ਪਰਤਕੇ ਉਸ ਵਕਤ ਜਰਵਾਣਿਆਂ ਨੇ ਇੱਕ ਵੱਡੀ ਫੌਜ ਲੈ ਕੇ ਉਸ ਇਲਾਕੇ ਨੂੰ ਘੇਰ ਲਿਆ। ਜਦੋਂ ਇਲਾਕੇ ਨੂੰ ਘੇਰ ਲਿਆ ਤੇ ਉਸ ਵਕਤ ਬਹਾਦਰ ਸਿੰਘਣੀਆਂ ਨੇ ਹਵੇਲੀ ਦੇ ਵੱਡੇ ਦਰਵਾਜ਼ੇ ਪਹੁੰਚ ਕੇ ਕਮਾਲ ਦੀ ਨਿਡਰਤਾ ਅਤੇ ਵੈਰੀਆਂ ਨੂੰ ਅੰਦਰ ਵੜਨ ਤੋਂ ਰੋਕਿਆ ਗੋਲੀਆਂ ਦੀ ਬਾਛੜ ਕਰਕੇ ਹਵੇਲੀ ਦੇ ਬਾਹਰ ਹੀ ਦੁਸ਼ਮਣਾਂ ਦੀਆਂ ਲੋਥਾਂ ਦੇ ਢੇਰ ਲਗਾ ਦਿੱਤੇ ਇੱਥੇ ਉਹ ਬੱਸ ਨਹੀਂ ਉਹਨਾਂ ਸਿੰਘਣੀਆਂ ਨੇ ਆਏ ਹੋਏ ਉਹਨਾਂ ਵੈਰੀਆਂ ਦੇ ਹਥਿਆਰ ਵੀ ਖੋਲ੍ਹੇ ਤੇ ਜਦੋਂ ਉਹ ਸ਼ਸਤਰਹੀਣ ਹੋ ਗਏ ਇਦਰੋ ਬੀਬੀਆਂ ਨੇ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ ਹਮਲਾਵਰ ਜਿੱਧਰਲੇ ਪਾਸਿਓਂ ਆਏ ਸੀ ਪੈਰ ਚੁੱਕ ਉਧਰਲੇ ਪਾਸੇ ਨੂੰ ਪੱਜ ਗਿਆ ਕਹਿਣ ਤੋਂ ਭਾਵ ਸਿੰਘਣੀਆਂ ਜਿਹੜੀਆਂ ਸਾਨੂੰ ਉਹ ਵੀ ਇਤਨੀਆਂ ਬਹਾਦਰ ਸਨ ਇਸ ਸਮੇਂ ਦੇ ਦੌਰਾਨ ਹੀ ਗੁਰੂ ਕੇ ਸਿੱਖਾਂ ਨੇ ਜਿਹੜਾ ਸੀ ਉਹ ਬਹੁਤ ਸਾਰੇ ਕਾਫਲੇ ਜਿਹੜੇ ਸਨ ਜਦੋਂ ਦਿੱਲੀ ਨੂੰ ਉਹ ਮਾਲ ਸਬਾਬ ਲੈ ਕੇ ਜਾਂਦੇ ਸਨ ਘੋੜੇ ਲੈ ਕੇ ਜਾਂਦੇ ਸਨ ਤੇ ਹੋਰ ਸਮਾਨ ਲੈ ਕੇ ਜਾਂਦੇ ਸਨ ਸਰਕਾਰੀ ਖਜ਼ਾਨੇ ਉਹ ਲੁੱਟ ਲਿਆ ਕਰਦੇ ਸਨ ਪਰ ਇਹ ਗੱਲ ਯਾਦ ਰੱਖਿਓ ਇੱਥੇ ਕਿ ਗੁਰੂ ਕੀ ਸਿੱਖ ਆਮ ਮਨੁੱਖ ਨੂੰ ਕਦੀ ਵੀ ਤੰਗ ਪ੍ਰੇਸ਼ਾਨ ਨਹੀਂ ਸੀ ਕਰਦੇ ਆਮ ਮਨੁੱਖ ਨੂੰ ਕਦੀ ਵੀ ਉਹ ਲੁੱਟਦੇ ਨਹੀਂ ਸਨ ਇੱਕ ਘਟਨਾ ਮੈਂ ਆਪਜੀ ਦੇ ਨਾਲ ਸਾਂਝਾ ਪਾ ਲਵਾਂ ਸਾਨੂੰ ਸਹਿਜੇ ਪਤਾ ਲੱਗ ਜਾਏਗਾ ਵੀ ਸਿੱਖਾਂ ਦਾ ਕਰਤਾਰ ਕਿੰਨਾ ਉੱਚਾ ਤੇ ਸੁਚਾਸੀਗਾ 1700 27 ਦੀ ਗੱਲ ਹੈ ਕਿ ਸਿਆਲਕੋਟ ਦਾ ਸੁਦਾਗਰ Hindu gentleman ਹੈ ਜਿਹਦਾ ਨਾਮ ਹੈ ਸੇਠ ਪ੍ਰਤਾਪ ਚੰਦ ਉਹ ਕੁਝ ਸਮਾਨ ਲੈ ਕੇ ਦਿੱਲੀ ਦਰਬਾਰ ਨੂੰ ਜਾ ਰਿਹਾ ਹੈ ਸਿੰਘਾਂ ਨੂੰ ਪਤਾ ਲੱਗਿਆ ਸਿੰਘਾਂ ਨੇ ਉਹਦਾ ਸਮਾਨ ਲੁੱਟ ਲਿਆ ਜਿਹਦੇ ਵਿੱਚ ਮੇਵੇ ਜਿਹਦੇ ਵਿੱਚ ਸ਼ਾਲ ਗਰਮ ਸ਼ਾਲ ਜਿਹੜੇ ਸਨ ਕਸ਼ਮੀਰ ਤੋਂ ਲੈ ਕੇ ਉਹ ਦਿੱਲੀ ਚលਿਆ ਹੋਇਆ ਸੀਗਾ ਤੇ ਹੋਰ ਸਮਾਨ ਜਿਹੜਾ ਸੀ ਉਹ ਲੁੱਟ ਲਿਆ ਜਦੋਂ ਉਹ ਸਮਾਨ ਲੁੱਟ ਲਿਆ ਲੁੱਟਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿਉਂਕਿ ਜਿਹੜਾ ਪ੍ਰਤਾਪ ਚੰਦ ਸੀਗਾ ਸੀਠ ਪ੍ਰਚਾਪ ਚੰਦ ਜਦੋਂ ਉਹਦੇ ਕੋਲੋਂ ਜਾਂ ਉਹਦੇ ਬੰਦਿਆਂ ਦੇ ਕੋਲੋਂ ਪੁੱਛਿਆ ਗਿਆ ਵੀ ਇਹ ਸਮਾਨ ਜਿਹੜਾ ਸੀ ਉਹ ਤੇਰਾ ਕਿਤੇ ਨਾ ਕੁਝ ਦਾ ਸੀਗਾ ਉਹ ਕਹਿਣ ਲੱਗਾ ਵੀ ਅਜੀਤ ਮੈਂ ਇਹ ਸਮਾਨ ਲੈ ਕੇ ਜਾ ਰਿਆਂ ਸੀਗਾ ਇਹ ਦਿੱਲੀ ਦਰਬਾਰ ਦੇ ਵਿੱਚ ਜਮ੍ਹਾਂ ਕਰਾਉਣਾ ਸੀ ਫਿਰ ਇਹਦਾ ਮੁੱਲ ਪੈਣਾ ਸੀ ਮੁੱਲ ਤੋਂ ਬਾਅਦ ਹੀ ਪਤਾ ਲੱਗਣਾ ਸੀ ਵੀ ਇਹ ਕਿੰਨੇ ਦਾ ਹੈ ਸਿੱਖਾਂ ਦਾ ਮੱਥਾ ਉਸੇ ਵਕਤ ਟਣ ਗਿਆ ਕਹਿਣ ਲੱਗੀ ਇਹਦਾ ਮਤਲਬ ਵੀ ਇਹ ਸਰਕਾਰੀ ਖਜ਼ਾਨਾ ਨਹੀਂ ਸੀਗਾ ਕਹਿਣ ਲੱਗਾ ਇਹ ਸਰਕਾਰੀ ਖਜ਼ਾਨਾ ਨਹੀਂ ਸੀ ਇਹ ਤਾਂ ਮੇਰਾ ਸੀ ਮੈਂ ਖਰੀਦ ਕੇ ਲਿਆਇਆ ਸੀ ਤੇ ਇਹਦਾ ਮੁੱਲ ਪੈਣਾ ਸੀ ਅਜੇ ਫਿਰ ਪਤਾ ਲੱਗਣਾ ਸੀ ਜੋ ਮੁੱਲ ਉਹਨਾਂ ਨੇ ਦੇਣਾ ਸੀਗਾ ਉਸੇ ਵਕਤ ਨਵਾਬ ਕਪੂਰ ਸਿੰਘ ਤੇ ਹੋਰ ਗੁਰੂ ਕੇ ਸਿੱਖ ਜਿਨ੍ਹਾਂ ਦੇ ਵਿੱਚ ਦਰਬਾਰਾ ਸਿੰਘ ਹਰੀ ਸਿੰਘ ਹਜ਼ੂਰੀਆ ਇਨਾਂ ਨੇ ਉਸੇ ਵਕਤ ਜਿੰਨੇ ਵੀ ਉਹ ਸਮਾਨ ਹਾਲਾਂਕਿ ਉਹਦਾ ਲੁੱਟਣ ਤੋਂ ਬਾਅਦ ਵੰਡ ਦਿੱਤਾ ਸੀ ਬਾਕੀ ਸਾਰੇ ਸਿੱਖਾਂ ਦੇ ਵਿੱਚ ਸਾਰਿਆਂ ਨੂੰ ਸੁਨੇਹੇ ਘੱਲੇ ਕਿ ਉਹ ਸਮਾਨ ਜਿਹੜਾ ਉਹ ਵਾਪਸ ਲਿਆਂਦਾ ਜਾਏ ਜਦੋਂ ਉਹ ਸਮਾਨ ਵਾਪਸ ਲਿਆਂਦਾ ਗਿਆ ਮੋੜ ਟੀਰ ਲਾ ਦਿੱਤੇ ਗਏ ਜੋ ਵੀ ਵੰਡਿਆ ਹੋਇਆ ਸੀ ਤੇ ਜਦੋਂ ਉਹ ਸੇਠ ਪ੍ਰਤਾਪ ਚੰਦ ਨੇ ਆਪਣਾ ਸਮਾਨ ਗਿਣਿਆ ਤੇ ਉਹ ਸਾਰਾ ਸਮਾਨ ਜਿੰਨਾ ਸੀ ਉਤਨਾ ਹੀ ਨਿਕਲਿਆ ਇੱਕ ਚਾਦਰ ਤੱਕ ਨਹੀਂ ਸੀ ਕٹی ਇਹ ਪਤਾ ਲੱਗਦਾ ਕਿ ਸਿੱਖਾਂ ਦਾ ਕਿੰਨਾ ਉੱਚਾ ਸੁੱਚਾ ਕਰਤਾਰ ਸੀ ਹਾਲਾਂਕਿ ਉਸ ਵਕਤ ਸਿੱਖਾਂ ਨੂੰ ਕੱਪੜਿਆਂ ਦੀ ਬਹੁਤ ਜ਼ਿਆਦਾ ਲੋੜ ਸੀ ਪਰ ਫਿਰ ਵੀ ਇੱਕ ਗਰਮ ਛਾਲ ਸਿੱਖ ਨੇ ਆਪਣੇ ਕੋਲ ਜਿਹੜਾ ਸੀ ਉਹ ਨਹੀਂ ਰੱਖਿਆ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਖਜ਼ਾਨੇ ਉਲਟੇ ਗਏ ਉਹਨਾਂ ਦੇ ਵਿੱਚੋਂ ਨੂਰਦੀਨ ਦੀ ਸਰਾਂ ਦੇ ਉੱਤੇ 1730 ਦੇ ਵਿੱਚ ਲਹੌਰ ਤੋਂ ਦਿੱਲੀ ਜਾ ਰਿਹਾ ਮਾਲ ਜਿਹੜਾ ਸੀ ਉਹ ਲੁੱਟਿਆ ਗਿਆ ਇਸ ਤੋਂ ਇਲਾਵਾ ਜਿਹੜਾ ਸੀ ਹੋਰ ਬਹੁਤ ਸਾਰੇ ਮਾਲ ਸਬਾਬ ਲੁੱਟਿਆ ਗਿਆ ਜਿਹੜਾ ਸਰਕਾਰੀ ਸੀਗਾ ਤੇ ਜਕਰੀਆ ਖਾਨ ਉਹਨੇ ਸਿੱਖਾਂ ਦੇ ਉੱਤੇ ਹੋਰ ਸਖਤੀ ਕਰ ਦਿੱਤੀ ਗਸ਼ਤੀ ਫੌਜ ਉਹਨੇ ਇੱਕ ਬਣਾਈ ਅੱਧੀ ਫੌਨ ਉਹ ਫੌਜ ਜਿਹੜੀ ਹੈ ਉਹ ਰਾਜਦਰਬਾਰ ਦੇ ਵਿੱਚ ਰੱਖਦਾ ਹੈ ਅੱਧੀ ਫੌਜ ਉਹਨੇ ਘੋੜਿਆਂ ਦੇ ਉੱਤੇ ਸਵਾਰ ਕਰਕੇ ਜਿਵੇਂ ਸ਼ਿਕਾਰ ਸ਼ਿਕਾਰ ਲੱਭਣ ਵਾਸਤੇ ਜਾਂਦੇ ਨੇ ਸ਼ਿਕਾਰੀ ਜਿਹੜੇ ਨੇ ਇਵੇਂ ਉਸਪਾੜ ਨੂੰ ਸਿੱਖਾਂ ਨੂੰ ਲੱਭਣ ਵਾਸਤੇ ਭੇਜਿਆ ਜਾਂਦਾ ਸੀ ਸਿਰਾਂ ਦੇ ਮੁੱਲ ਰੱਖੇ ਗਏ ਦਸਣ ਵਾਲੇ ਨੂੰ 20 ਰੁਪਏ ਪਕੜ ਕੇ ਲਿਆਉਣ ਵਾਲੇ ਨੂੰ 50 ਰੁਪਏ ਸਿੱਖ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 80 ਰੁਪਏ ਇਹ ਇਨਾਮ ਦਿੱਤੇ ਜਾਂਦੇ ਸਨ ਪਰ ਗੁਰੂ ਕੇ ਸਿੱਖ ਵੀ ਜੁਰਤ ਦੇ ਨਾਲ ਬਿਉਂਤ ਬੰਦੀ ਦੇ ਨਾਲ ਉਸ ਵਕਤ ਪ੍ਰਸ਼ਾਸਨ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਅਖੀਰ ਜਕਰੀਆ ਖਾਨ ਇਸ ਸਖਤੀ ਕਰਦਾ ਕਰਦਾ ਅਖੀਰ ਢੈਲਾ ਪੈ ਗਿਆ ਵੀ ਮੈਂ ਸਖਤੀ ਤਾਂ ਇੰਨੀ ਕਰਕੇ ਵੇਖ ਨਹੀਂ ਸਕਿਆ ਵੇਖ ਕੇ ਕਰ ਸਕਿਆ ਪਰ ਕੁਝ ਵੀ ਬਦਲਾਅ ਨਹੀਂ ਆਇਆ ਆਖਰ ਉਹਨੇ ਪਿਆਰ ਦੇ ਨਾਲ ਸਿੱਖਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਸੋਚਿਆ ਦਿੱਲੀ ਦਰਬਾਰ ਜਾ ਕੇ ਉਹਨੇ ਬਹਾਦਰ ਸ਼ਾ ਰੰਗੀਲੇ ਨੂੰ ਇਹ ਗੱਲ ਕਹੀ ਵੀ ਸਿੱਖਾਂ ਦੇ ਉੱਤੇ ਮੈਂ ਸਖਤੀ ਕਰਕੇ ਵੇਖ ਲੇ ਸਿੱਖ ਕਾਬੂ ਨਹੀਂ ਆਏ ਆਪਾਂ ਕਿਉਂ ਨਾ ਇਹਨਾਂ ਨੂੰ ਕੋਈ ਪਦਵੀ ਦਿੱਤੀ ਜਾਵੇ ਜਦੋਂ ਪਦਵੀ ਇਹਨਾਂ ਦੇ ਵਿੱਚ ਪਹੁੰਚੀਗੀ ਤੇ ਪਰਤੇ ਕਿ ਇਹ ਆਪਸ ਦੇ ਵਿੱਚ ਲੜਨਗੇ ਪਦਵੀਆਂ ਵਾਸਤੇ ਤੇ ਇੱਕ ਸੈਤ ਕਮਜ਼ੋਰ ਹੋ ਜਾਵਣਗੇ ਇਹਦੇ ਵਾਸਤੇ ਉਸ ਵਕਤ ਉਹਨਾਂ ਨੇ ਚੁਣਿਆ ਸਿੱਖ ਜਿਹਦਾ ਨਾਮ ਸੀ ਸੁਬੇਗ ਸਿੰਘ ਉਹ ਦਰਬਾਰੀ ਸਿੱਖ ਤੇ ਘਰਵਾਰੀ ਸਿੱਖ ਦੋਮੀ ਸੀਗੀ ਸਰਕਾਰੀ ਦਰਬਾਰੇ ਕੰਮ ਵੀ ਕਰਦਾ ਸੀ ਤੇ ਸਿੱਖਾਂ ਦੇ ਨਾਲ ਮਿਲਵਰਤਨ ਵੀ ਰੱਖਦਾ ਸੀ ਜਦੋਂ ਫਿਰ ਉਹ ਸੁਬੀਖ ਸਿੰਘ ਇਹ ਦਰਬਾਰੀ ਇਹ ਸਿੱਖ ਜਿਹੜਾ ਸੀ ਉਹ ਨਵਾਬੀ ਲੈ ਕੇ ਆਇਆ ਤੇ ਨਵਾਬੀ ਲੈ ਕੇ ਆਇਆ ਤੇ ਪਹਿਲਾਂ ਤੇ ਸਿੱਖਾ ਨੇ ਲੈਣ ਤੋਂ ਮਨਾ ਕਰ ਦਿੱਤਾ ਪਰ ਫਿਰ ਸਿੱਖਾ ਨੇ ਇੱਕ ਮੀਟਿੰਗ ਕੀਤੀ ਗੁਰਮਤਾ ਕਰਕੇ ਇਹ ਸੋਚਿਆ ਵੀ ਜਿੰਨਾ ਚਿਰ ਇਹ ਨਵਾਬੀ ਜਿਹੜੀ ਹੈ ਉਹ ਨਿਭ ਜਾਏਗੀ ਉਨੀ ਦੇਰ ਆਪਾਂ ਆਪਣੇ ਆਪ ਨੂੰ ਸੰਗਠਨ ਕਰਨ ਵਾਸਤੇ ਜਿਹੜਾ ਹੈ ਉਹ ਨਿਭਾ ਲੈਂਦੇ ਆ ਜਿਸ ਦੇ ਤਹਿਤ ਉਸ ਵਕਤ ਹਰੇਕ ਸਿੱਖ ਨੂੰ ਪੁੱਛਿਆ ਗਿਆ ਵੀ ਨਵਾਬੀ ਤੁਸੀਂ ਲੈ ਲਓ ਕਿਉਂਕਿ ਅੱਜ ਦੀ ਤਰ੍ਹਾਂ ਸਿੱਖ ਨਹੀਂ ਸਨ ਵੀ ਦਿੱਲੀ ਤੋਂ ਫੋਨ ਆਇਆ ਤੇ ਸਭ ਕੁਝ ਛੱਡ ਛੜਾ ਕੇ ਪੰਥ ਨੂੰ ਪਿੱਠ ਦੇ ਕੇ ਪੰਥ ਦੇ ਸਿਰ ਦੇ ਵਿੱਚ ਸੁਆਹ ਪਾ ਕੇ ਭੱਜ ਜਾਂਦੇ ਨੇ ਅੱਜ ਦੀ ਤਰ੍ਹਾਂ ਦੇ ਸਿੱਖ ਨਹੀਂ ਸਨ ਇੱਕ ਕੁਰਸੀ ਦੇ ਬਦਲੇ ਉਸ ਵੇਲੇ ਤਾਂ ਸਿੱਖਾਂ ਦਾ ਕਰਤਾਰ ਇਸ ਘਟਨਾ ਤੋਂ ਪਤਾ ਲੱਗ ਜਾਂਦਾ ਵੀ ਕੋਈ ਸਿੱਖ ਜਿਹੜਾ ਸੀ ਨਾ ਉਹ ਨਵਾਬੀ ਲੈਣ ਨੂੰ ਤਿਆਰ ਨਹੀਂ ਸੀਗਾ ਤੇ ਆਖਰ ਜਦੋਂ ਸਾਰਿਆਂ ਨੂੰ ਪੁੱਛ ਬੈਠੇ ਤੇ ਗੱਲ اٹਕ ਗਈ ਉਸ ਵਕਤ ਦਰਬਾਰਾ ਸਿੰਘ ਤੇ ਦਰਬਾਰਾ ਸਿੰਘ ਕਹਿਣ ਲੱਗੇ ਵੀ ਮੈਨੂੰ ਮਾਫੀ ਦੇ ਦਿਓ ਵੀ ਮੇਰੀ ਤੇ ਉਮਰ ਬਹੁਤ ਐ ਤੇ ਮੈਂ ਇਹ ਨਵਾਬੀ ਨਿਭਾ ਨਹੀਂ ਸਕਾਂਗਾ ਤੇ ਅਖੀਰ ਗੱਲ ਭਾਈ ਕਪੂਰ ਸਿੰਘ ਦੇ ਉੱਤੇ ਆ ਗਈ ਭਾਈ ਕਪੂਰ ਸਿੰਘ ਉਸ ਵਕਤ ਘੋੜਿਆਂ ਦੀ ਲਿੱਦ ਚੁੱਕ ਰਹੇ ਸਨ ਸਿੱਖ ਗਏ ਤੇ ਉਹਨਾਂ ਨੂੰ ਸੱਦਿਆ ਤੇ ਸਦਕੇ ਕਹਿਣ ਲੱਗੇ ਵੀ ਪੰਥ ਦਾ ਹੁਕਮ ਹੈ ਤੁਹਾਨੂੰ ਆ ਨਵਾਬੀ ਜਿਹੜੀ ਆ ਉਹ ਲੈਣੀ ਪਏਗੀ ਇਹ ਪੰਥ ਦਾ ਹੁਕਮ ਹੈ ਨਵਾਬ ਕਪੂਰ ਸਿੰਘ ਜਿਹੜੇ ਉਸ ਵਕਤ ਅਜੇ ਭਾਈ ਕਪੂਰ ਸਿੰਘ ਨੇ ਹੱਥ ਜੋੜ ਖਲੋਗਾ ਕਹਿਣ ਲੱਗੇ ਮੈਨੂੰ ਪੰਥ ਦਾ ਹੁਕਮ ਮੰਨਾਗਾ ਮੈਂ ਕਿਉਂਕਿ ਗੁਰੂ ਦੇ ਰੂਪ ਦੇ ਵਿੱਚ ਐ ਪਰ ਮੈਨੂੰ ਇੱਕ ਗੱਲ ਦੀ ਛੋਟ ਦੇ ਦਿਓ ਛੋਟ ਇਹ ਕਿ ਪਹਿਲੀ ਗੱਲ ਤੇ ਇਹ ਜਿਹੜੀ ਨਵਾਬੀ ਐ ਉਹ ਪੰਜ ਪਿਆਰਿਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਦੇ ਅੰਦਰ ਉਹਨਾਂ ਦੇ ਚਰਨਾਂ ਦੇ ਨਾਲ ਸ਼ਹਾ ਕੇ ਦਿਓ ਤਾਂ ਜੋ ਮੇਰੇ ਮਨ ਵਿੱਚ ਕਦੀ ਹੰਕਾਰ ਨਾ ਆਵੇ ਕਿ ਮੈਂ ਨਵਾਬ ਆਂ ਦੂਸਰੀ ਗੱਲ ਵੀ ਜਿਹੜੀ ਮੈਂ ਸੇਵਾ ਕਰਦਾ ਨਾ ਭਾਵ ਖਾਲਸੇ ਦੇ ਘੋੜਿਆਂ ਦੀ ਇਹ ਮੇਰੇ ਕੋਲੋਂ ਸੇਵਾ ਨਾ ਲਈ ਜਾਵੇ ਮੈਂ ਜਿਹੜੀ ਸੰਗਤ ਦੀ ਸੇਵਾ ਕਰਦਾ ਪੱਖੇ ਚੱਲਣ ਦੀ ਇਹ ਸੇਵਾ ਨਾ ਲਈ ਜਾਵੇ ਕਿਤੇ ਕੋਈ ਇਹ ਨਾ ਕੱਲ ਨੂੰ ਉੱਠ ਕੇ ਕਹਿ ਦੇਵੇ ਕਿ ਇਹ ਤੇ ਨਵਾਬ ਕਪੂਰ ਸਿੰਘ ਹੈ ਨਵਾਬ ਹੈ ਤੇ ਇਹ ਸੇਵਾ ਨਹੀਂ ਕਰ ਸਕਦਾ ਮੇਰੇ ਕੋਲੋਂ ਇਹ ਸੇਵਾ ਜਿਹੜੀ ਹੈ ਉਹ ਲਈ ਨਾ ਜਾਵੇ ਖੋਈ ਨਾ ਜਾਵੇ ਇਹ ਗੱਲ ਮੰਨ ਕੇ ਪੰਥ ਨੇ ਭਾਈ ਕਪੂਰ ਸਿੰਘ ਨੂੰ ਉਹ ਨਵਾਬੀ ਦਿੱਤੀ ਗਈ ਉਸ ਨਵਾਬੀ ਦੇ ਵਿੱਚ ਜਿਹੜੀ ਇੱਕ ਖਿਲਤ ਪੇਸ਼ ਹੋਈ ਸੀ ਉਹਦੇ ਵਿੱਚ 1 ਲੱਖ ਰੁਪਏ ਤੇ ਉਹਦੇ ਨਾਲ ਜਿਹੜੇ ਪਰਗਣਾ ਉਦੇ ਵਿੱਚ ਦੀਪਾਲਪੁਰ ਕੰਗਣਵਾਲ ਅਤੀਚਵਾਲ ਆਦ ਪਿੰਡਾਂ ਦੀ ਜ਼ਗੀਰ ਅਤੇ ਖਿਲਤ ਜਿਹੜੀ ਸੀ ਉਹ ਪੇਸ਼ ਕੀਤੀ ਗਈ ਤੇ ਨਵਾਬ ਕਪੂਰ ਸਿੰਘ ਨੂੰ ਅਰਦਾਸਾ ਸੋਧ ਕੇ ਪੰਜ ਪਿਆਰਿਆਂ ਨੇ ਫਿਰ ਨਵਾਬੀ ਦੀ ਖਿਲਤ ਦਿੱਤੀ ਗਈ ਉਹ ਖਿਲਤ ਦੇ ਵਿੱਚ ਕੀ ਆਇਆ ਸੀਗਾ ਇੱਕ ਸ਼ਾਲ ਦੀ ਪੱਗ ਇੱਕ ਜੜਾਊ ਕਲਗੀ ਜਿਗਾ ਇੱਕ ਜੋੜੀ ਸੁਨਹਿਰੀ ਕੰਗਣਾਂ ਦੀ ਕੰਠਾ ਇੱਕ ਬਹੁਮੁੱਲੀ ਮੋਤੀਆਂ ਦੀ ਮਾਲਾ ਇੱਕ ਕੀਨ ਖੁਆਬ ਦਾ ਜਾਮਾ ਇੱਕ ਜੜਾਊ ਸ਼ਮਸ਼ੀਰ ਇਹ ਉਹਨਾਂ ਨੂੰ ਭੇਂਟ ਕੀਤੀ ਗਈ ਤੇ ਉਸ ਦਿਨ ਤੋਂ ਬਾਅਦ ਭਾਈ ਕਪੂਰ ਸਿੰਘ ਤੋਂ ਉਹ ਨਵਾਬ ਕਪੂਰ ਸਿੰਘ ਜਿਹੜੇ ਸਨ ਉਹ ਬਣ ਗਏ ਨਵਾਬ ਕਪੂਰ ਸਿੰਘ ਉਹਨਾਂ ਨੇ ਫਿਰ ਉਸ ਸਮੇਂ ਦਾ ਲਾਹਾ ਲਿਆ ਪੰਥ ਨੂੰ ਜਿਹੜਾ ਇਕੱਠਾ ਹੋਇਆ ਉਸ ਇਕੱਠੇ ਕੀਤੇ ਪੰਥ ਨੂੰ ਫਿਰ ਦੋ ਹਿੱਸਿਆਂ ਵਿੱਚ ਵੰਡ ਕੇ ਸੇਵਾਵਾਂ ਬਖਸ਼ਿਸ਼ ਕਰ ਦਿੱਤੀਆਂ ਬੁੱਢਾ ਦਲ ਤੇ ਤਰਨਾ ਦਲ ਬੁੱਢਾ ਦਲ ਗੁਰੂ ਘਰ ਦੇ ਸੇਵਾਵਾਂ ਕਨਵਾਉਂਦਾ ਸੀ ਤੇ ਤਰਨਾ ਦਲ ਜਿਹੜਾ ਸੀਗਾ ਉਹ ਬਾਹਰਲੇ ਦੁਸ਼ਮਣਾਂ ਤੋਂ ਰੱਖਿਆ ਕਰਦਾ ਸੀ ਦੀਨ ਦੁਨੀਆ ਦੀ ਰੱਖਿਆ ਕਰਦਾ ਸੀ ਬਾਹਰਲੇ ਹਮਲਾਵਰਾਂ ਤੋਂ ਜਿਹੜਾ ਸੀ ਉਹ ਬਚਾਉਂਦਾ ਸੀ ਸੋ ਇਸ ਤਰ੍ਹਾਂ ਜਿਹੜਾ ਸੀਗਾ ਉਹ ਕੰਮ ਆਰੰਭ ਹੋ ਗਿਆ ਸਿੱਖ ਕੌਮ ਤਾਕਤ ਵਿੱਚ ਆਉਣੀ ਸ਼ੁਰੂ ਹੋ ਗਈ ਉਸ ਤਾਕਤ ਦੇ ਵਿੱਚ ਜਿਹੜੀ ਗਿਣਤੀ ਵਧੀ ਤੇ ਤਰਨਾ ਦਲ ਦੀ ਗਿਣਤੀ ਜਿਹੜੀ ਸੀ ਉਹ 12 ਹਜ਼ਾਰ ਤੱਕ ਪਹੁੰਚ ਗਈ ਕਿਉਂਕਿ ਲੋਕ ਧੜਾ ਧੜ ਅੰਮ੍ਰਿਤਸਰ ਕੇ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਣ ਲੱਗ ਗਏ ਇਹ ਸਾਰਾ ਜਿਹੜਾ ਪਲਾਨ ਸੀ ਇਹ ਨਵਾਬ ਕਪੂਰ ਸਿੰਘ ਦਾ ਸੀਗਾ ਸਿੱਖੀ ਨੂੰ ਵਧਾਉਣ ਦਾ ਫਿਰ ਇਸ ਵਧੀ ਹੋਈ ਗਿਣਤੀ ਕਿਉਂਕਿ ਉਸ ਵਕਤ ਲੰਗਰ ਇੱਕ ਜਗ੍ਹਾ ਪਕਾਉਣਾ ਤੇ ਉਹਦਾ ਫਿਰ ਅੱਗੇ ਸਰਵ ਕਰਨਾ ਬੜਾ ਔਖਾ ਸੀ ਤੇ ਇਹਨੂੰ ਪੰਜ ਦਲਾਂ ਦੇ ਵਿੱਚ ਜਿਹੜਾ ਸੀ ਉਹ ਵੰਡ ਦਿੱਤਾ ਗਿਆ ਇੱਕ ਥਾਂ ਦੇ ਉੱਤੋਂ ਰਸਤ ਪਾਣੀ ਲੈ ਕੇ ਆਪਣਾ ਆਪਣਾ ਪ੍ਰਸ਼ਾਦਾ ਪਦ ਅਦਕ ਬਣਾਉਣਾ ਤੇ ਪੰਥ ਦਾ ਹੁਕਮ ਜਿਹੜਾ ਸੀ ਉਹ ਮੰਨਣਾ ਇਹ ਗੱਲਾਂ ਰੱਖੀਆਂ ਗਈਆਂ ਇਸ ਸਮੇਂ ਦੇ ਦੌਰਾਨ ਜਿਹੜਾ ਸੀਗਾ ਉਹ ਹੋਰ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਨਵਾਬ ਕਪੂਰ ਸਿੰਘ ਦੇ ਜੀਵਨ ਦੇ ਵਿੱਚ ਜਿਹੜੀਆਂ ਨੇ ਉਹ ਵਾਪਰਦੀਆਂ ਨੇ ਤੇ ਆਖਰ ਉਹ ਫਿਰ ਜਿਹੜੀ ਨਮਬਾਹੀ ਸੀ ਕੁਝ ਕੁ ਸਮਾਂ ਕੁਝ ਕੁ ਮਹੀਨੇ ਜਿਹੜੀ ਸੀ ਉਹ ਚੱਲੀ ਤੇ ਮੁੜ ਉਹ ਨਵਾਬੀ ਦਾ ਉਪਰਾਣ ਜਿਹੜਾ ਸੀ ਜ਼ਕਰੀਆ ਖਾਨ ਵੱਲੋਂ ਭੇਜਿਆ ਹੋਇਆ ਉਹ ਟੁੱਟ ਗਿਆ ਤੇ ਮੋੜ ਜਿਹੜਾ ਸੀਗਾ ਉਹ ਸਿੱਖਾਂ ਦੇ ਮੋੜ ਸਿਰਾਂ ਦੇ ਮੁੱਲ ਜਿਹੜੇ ਸਨ ਉਹ ਪੈ ਗਏ ਇਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਨੇ ਭਾਈ ਮਨੀ ਸਿੰਘ ਦੀ ਸ਼ਹਾਦਤ ਹੁੰਦੀ ਹੈ ਬੰਦ ਬੰਦ ਕੱਟਿਆ ਜਾਂਦਾ ਹੈ ਭਾਈ ਸੁਬੀਖ ਸਿੰਘ ਸਾਹਾਬ ਸਿੰਘ ਦੀ ਸ਼ਹਾਦਤ ਹੁੰਦੀ ਹੈ ਚਰਖੜੀਆਂ ਤੇ ਚੜਿਆ ਜਾਂਦਾ ਹੈ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਨੂਰਦੀਨ ਦੀ ਸਿਰਾਂ ਦੇ ਉੱਤੇ ਉਨ੍ਹਾਂ ਦੀ ਸ਼ਹਾਦਤ ਹੁੰਦੀ ਹੈ ਸਿੰਘਾਂ ਸਿੰਘਣੀਆਂ ਦੀ ਉਹ ਸ਼ਹਾਦਤਾ ਹੁੰਦੀਆਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਮਾਵਾਂ ਦੀ ਗਲਾਂ ਦੇ ਵਿੱਚ ਪਾਈ ਗਏ ਬੱਚਿਆਂ ਦੇ ਪੇਟ ਚਾਰ ਕੀਤੇ ਗਏ ਲਾਹੌਰ ਦੇ ਅੰਦਰ ਇਹ ਅਨੇਕਾਂ ਹੀ ਸ਼ਹਾਦਤਾ ਹੁੰਦੀਆਂ ਨੇ ਪਰ ਯਾਦ ਰੱਖਿਓ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਪੰਥ ਨੇ ਹਕੂਮਤ ਦੀ ਜਿਹੜੀ ਉਹ ਈਨ ਕਦੀ ਨਾ ਮੰਨੀ ਸਗੋਂ ਆਪਣੇ ਤੌਰ ਤੇ ਜਿਹੜਾ ਸੀਗਾ ਸਿੱਖਾਂ ਨੇ ਹਕੂਮਤ ਨੂੰ ਜਿਹੜਾ ਸੀਗਾ ਉਹ ਵਕਤ ਪਾਇਆ ਤੇ ਵਕਤ ਪਾ ਕੇ ਰੱਖਿਆ ਇੱਕ ਘਟਨਾ ਮੈਂ ਆਪਜੀ ਦੇ ਨਾਲ ਜ਼ਰੂਰ ਸਾਂਝ ਕਰ ਲਵਾਂ ਜਿਹੜੀ ਨਵਾਬ ਕਪੂਰ ਸਿੰਘ ਦੇ ਜੀਵਨ ਦੇ ਅੰਦਰ ਉਹਨਾਂ ਦੀ ਸ਼ਖਸੀਅਤ ਨੂੰ ਨਖਾਰਦੀ ਹੈ ਉਹ ਘਟਨਾ ਵਾਪਰਦੀ ਹੈ ਕਿ ਉਹਨਾਂ ਦੇ ਮਨ ਵਿੱਚ ਆਇਆ ਵੀ ਲਾਹੌਰ ਹਕੂਮਤ ਨੂੰ ਜਿਹੜਾ ਹੈ ਨਾ ਉਹ ਜਲੀਲ ਕੀਤਾ ਜਾਵੇ ਇਹਦੇ ਵਾਸਤੇ ਉਹਨਾਂ ਨੇ ਕੀ ਕੀਤਾ 20 ਸੂਰਬੀਰ ਕੇਵਲ 20 ਸੂਰਬੀਰ ਆਪਣੇ ਨਾਲ ਲਏ ਤੇ ਬਾਕੀ ਖਾਲਸੇ ਨੂੰ ਸ਼ਾਲਾ ਮਾਰ ਬਾਗ ਵਿੱਚ ਛੱਡਿਆ ਤੇ ਨਵਾਬ ਕਪੂਰ ਸਿੰਘ ਬੇਖੌਫ ਲਾਹੌਰ ਦੇ ਵਿੱਚ ਜਾ ਬੜੇ ਅਤੇ ਰਾਹ ਰੋਕਣ ਵਾਲਾ ਜਿਹੜਾ ਵੀ ਅੱਗੇ ਆਇਆ ਉਹਨੂੰ ਪਾਰ ਬੁਲਾ ਦਿੱਤਾ ਨਵਾਬ ਕਪੂਰ ਸਿੰਘ ਸਿੱਧੇ ਹੀ ਕੋਤਵਾਲੀ ਜਾ ਪਹੁੰਚੇ ਇੱਥੇ ਝੱਟ ਘੋੜੇ ਤੋਂ ਛਲਾਂਗ ਮਾਰ ਕੇ ਉਤਰੇ ਅਤੇ ਚਾਣ ਚੱਕ ਹਥਿਆਰ ਘਰ ਵਿੱਚ ਜਾ ਪਏ ਜਿੱਥੇ ਉਹਨਾਂ ਦਾ ਅਸਲਾ ਪਿਆ ਹੋਇਆ ਸੀ ਹਥਿਆਰ ਕਬਜ਼ੇ ਵਿੱਚ ਕਰਕੇ ਪਹਿਲੇ ਉੱਤੇ ਸਿੰਘ ਖੜੇ ਕਰ ਦਿੱਤੇ ਤੇ ਆਪ ਸਿੱਧਾ ਹੀ ਕੋਤਵਾਲ ਦੀ ਗੱਦੀ ਉੱਤੇ ਜਾ ਬਰਾਜੇ ਅਸਲ ਕੋਤਵਾਲ ਨੂੰ ਹੁਕਮ ਦਿੱਤਾ ਜਿਹੜਾ ਉਸ ਵਕਤ ਦਾ ਕੋਤਵਾਲ ਸੀ ਉਹਨੂੰ ਹੁਕਮ ਦਿੱਤਾ ਵੀ ਜਿੰਨੇ ਕੈਦੀ ਹਨ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਾਰਾ ਖਜ਼ਾਨਾ ਸਿੰਘਾਂ ਨੂੰ ਹਾਜ਼ਰ ਕੀਤਾ ਜਾਵੇ ਤੇ ਜਿਹੜਾ ਅਸਲ ਕੋਤਵਾਲ ਸੀ ਉਥੋਂ ਦਾ ਲਾਹੌਰ ਦਾ ਉਸ ਨੂੰ ਹੁਕਮ ਮੰਨਣਾ ਪਿਆ ਤੇ कोतवाल ਨੇ ਤੁਰੰਤ ਹੁਕਮ ਮੰਨਦਿਆਂ ਹੋਇਆਂ ਜਿਹੜਾ ਸੀਗਾ ਉਹ ਸਾਰਾ ਕੁਝ ਸਿੱਖਾਂ ਦੇ ਹਵਾਲੇ ਕਰ ਦਿੱਤਾ ਰਿਹਾ ਕਰ ਦਿੱਤਾ ਤੇ ਨਵਾਬ ਕਪੂਰ ਸਿੰਘ ਨੇ ਉਸ कोतवाल ਨੂੰ ਕਿਹਾ ਕਿ ਆਪਣੇ ਹਾਕਮ ਨੂੰ ਕਹਿ ਦੇਣਾ ਕਿ ਸਭ ਤੋਂ ਵੱਡੇ ਬਾਦਸ਼ਾਹ ਦਾ कोतवाल ਨਵਾਬ ਕਪੂਰ ਸਿੰਘ ਆਇਆ ਸੀ ਖਿਆਲ ਕਰਨਾ ਉਹਨਾਂ ਦੇ ਸ਼ਬਦ ਆਪਣੇ ਆਪ ਨੂੰ ਬਾਦਸ਼ਾਹ ਨਹੀਂ ਕਿਹਾ ਸਭ ਤੋਂ ਵੱਡੇ ਭਾਵ ਅਕਾਲਪੁਰਖ ਦਾ ਕੋਤਵਾਲ ਆਇਆ ਸੀਗਾ ਨਵਾਬ ਕਪੂਰ ਸਿੰਘ ਅਤੇ ਉਸਨੇ ਹੁਕਮ ਦੇ ਨਾਲ ਸਾਰਿਆਂ ਦੀ ਰਿਹਾਈ ਹੋ ਗਈ ਹੈ ਅਤੇ ਜੋ ਉਹਨਾਂ ਨੂੰ ਚਾਹੀਦਾ ਸੀ ਉਹ ਆਪਣੇ ਨਾਲ ਲੈ ਗਏ ਹਨ ਇਹ ਨਵਾਬ ਕਪੂਰ ਸਿੰਘ ਨੇ ਉਹਨੂੰ ਕਿਹਾ ਤੇ ਆਪ ਮਿੰਟਾਂ ਦੇ ਵਿੱਚ ਘੋੜੇ ਦੇ ਸਵਾਰ ਹੋ ਕੇ ਅਲੂਪ ਹੋ ਗਏ ਸਨ ਇਹ ਇੰਨੀ ਫੁਰਤੀ ਨਵਾਬ ਕਪੂਰ ਸਿੰਘ ਦੇ ਵਿੱਚ ਸੀਗੀ ਨਵਾਬ ਕਪੂਰ ਸਿੰਘ ਨੇ ਸਿੱਖ ਕੌਮ ਨੂੰ ਵਧਾਉਣ ਦੇ ਵਾਸਤੇ ਜਿਹੜਾ ਹੈ ਬਾਬਾ ਆਲਾ ਸਿੰਘ ਉਹਨਾਂ ਵੱਲ ਵੀ ਗਏ ਤੇ ਬਾਬਾ ਆਲਾ ਸਿੰਘ ਨੇ ਵੀ ਉਹਨਾਂ ਨੂੰ ਜੀ ਆਇਆਂ ਆਖਿਆ ਸਿੱਖੀ ਨੂੰ ਵਧਾਉਣ ਵਾਸਤੇ ਜਿਹੜਾ ਸੀਗਾ ਉਹਨਾਂ ਨੇ ਉਸ ਵਕਤ ਬੜਾ ਵੱਡਾ ਯੋਗਦਾਨ ਜਿਹੜਾ ਸੀ ਉਹ ਪਾਇਆ ਔਰ ਇਹ ਵੀ ਗੱਲ ਯਾਦ ਰੱਖਿਓ ਉਸ ਵਕਤ ਸਿੱਖਾਂ ਦੇ ਪਵਿੱਤਰ ਘਰ ਹਰਿਮੰਦਰ ਸਾਹਿਬ ਉਹਦੇ ਵਿੱਚ ਸਰੋਵਰ ਉਸ ਸਰੋਵਰ ਨੂੰ ਜਿਹੜਾ ਸੀਗਾ ਉਹ ਜਾਲਮਾਂ ਨੇ ਉਸ ਵਕਤ ਉਹਨੂੰ ਪੂਰਿਆ ਤੇ ਉਸ ਵਕਤ ਨਵਾਬ ਕਪੂਰ ਸਿੰਘ ਕਿਵੇਂ ਬਹਿ ਸਕਦੇ ਸਨ ਤੇ ਉਸ ਵਕਤ ਨਵਾਬ ਕਪੂਰ ਸਿੰਘ ਨੇ ਫਿਰ ਗੁਰੂ ਕੇ ਸਿੱਖਾਂ ਦੇ ਨਾਲ ਜਨ ਕਰਕੇ ਤੇ ਫਿਰ ਉਦੋਂਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੱਤਾ ਤੇ ਰਾਤੋਂ ਰਾਤ ਜਿਹੜਾ ਸੀਗਾ ਉਹ ਆਪਣੇ ਚੰਗੇ ਘੋੜਿਆਂ ਦੇ ਨਾਲ ਚੰਗੇ ਬੰਦੂਕਾਂ ਦੇ ਨਾਲ ਅਤੇ ਨਾਲ ਉਹਨਾਂ ਸੂਰਬੀਰਾਂ ਦੇ ਨਾਲ ਰਲ ਕਰਕੇ ਤੇ ਉਹਨਾਂ ਜ਼ਾਲਮਾਂ ਨੂੰ ਜਿਹੜਾ ਸੀ ਉਹ ਸੋਧਾ ਲਾਇਆ ਇਹ ਲਗਭਗ 1736 ਦੀ ਕਹਾਣੀ ਹੈ ਇੱਕ ਘਟਨਾ ਮੈਂ ਹੋਰ ਅੱਜ ਜੀ ਦੇ ਨਾਲ ਸਾਂਝ ਪਾ ਲਵਾਂ ਸਮੱਧ ਖਾਂ ਜਿਹੜਾ ਸਮੱਧ ਖਾਂ ਹੈ ਇਹ ਸਮੱਧ ਖਾਂ ਨੇ ਵੀ ਬਹੁਤ ਉਸ ਵਕਤ ਸਿੱਖਾਂ ਦੇ ਉੱਤੇ ਜ਼ੁਲਮ ਜਿਹੜਾ ਸੀ ਉਹ ਟਾਇਆ ਹੋਇਆ ਸੀਗਾ ਔਰ ਇਹਦਾ ਹੱਥ ਭਾਈ ਮਨੀ ਸਿੰਘ ਦੀ ਸ਼ਹਾਦਤ ਦੇ ਵਿੱਚ ਸੀਗਾ ਜਦੋਂ ਭਾਈ ਮਨੀ ਸਿੰਘ ਨੂੰ ਸ਼ਹਾਦਤ ਦਾ ਜਾਨ ਪੁਲਾਇਆ ਤੇ ਇਹਦਾ ਬਦਲਾ ਲੈਣ ਵਾਸਤੇ ਫਿਰ ਨਵਾਬ ਕਪੂਰ ਸਿੰਘ ਨੇ ਜਿਹੜਾ ਸੀ ਉਹ ਪ੍ਰਣ ਕੀਤਾ ਤੇ ਫਿਰ ਇਸ ਸਮੱਧ ਖਾਨ ਨੂੰ ਜਿਹੜਾ ਸੀਗਾ ਉਹ ਪਾਰ ਬੁਲਾਇਆ ਅਤੇ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਬਦਲਾ ਜਿਹੜਾ ਸੀਗਾ ਉਹ ਲਿਆ ਕਿਉਂਕਿ ਭਾਈ ਮਨੀ ਸਿੰਘ ਸਿੱਖ ਕੌਮ ਦੇ ਵਿੱਚ ਬਹੁਤ ਹੀ ਸਤਕਾਰੇ ਹੋਏ ਸਨ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਵਿੱਚ ਕੋਈ ਨੀਵਾਪਣ ਜਿਹੜਾ ਸੀਗਾ ਉਹ ਨਹੀਂ ਸੀ ਲਿਆਣ ਦਿੱਤਾ ਸਗੋਂ ਉਹਨਾਂ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲਿਜਾ ਕਰਕੇ ਤੇ ਨਵਾਬ ਕਪੂਰ ਸਿੰਘ ਨੇ ਕੌਮ ਦੀ ਅਗਵਾਈ ਜਿਹੜੀ ਸੀ ਉਹ ਕੀਤੀ ਸੋ ਇਸ ਤਰ੍ਹਾਂ ਨਵਾਬ ਕਪੂਰ ਸਿੰਘ ਨੇ ਆਪਣੇ ਜੀਵਨ ਦੇ ਅੰਦਰ ਬਹੁਤ ਸਾਰੀ ਅਗਵਾਈ ਕਰਕੇ ਸਿੱਖ ਕੌਮ ਦੀ ਸਿੱਖ ਕੌਮ ਨੂੰ ਜਿਹੜਾ ਸੀ ਉਹ ਚੜ੍ਹਦੀ ਕਲਾ ਬਲ ਲਜਾਣ ਦਾ ਕੰਮ ਜਿਹੜਾ ਸੀ ਓਕੇ ਨਵਾਬ ਕਪੂਰ ਸਿੰਘ ਨੇ ਉਸ ਵਕਤ ਸਿੱਖ ਕੌਮ ਦੀ ਅਗਵਾਈ ਕੀਤੀ ਜਦੋਂ ਨਾਦਰ ਸ਼ਾਹ ਵਰਗਾ ਸਿੱਖ ਕੌਮ ਜਾਂ ਹਿੰਦੁਸਤਾਨ ਦੇ ਉੱਤੇ ਖਾਸ ਤੌਰ ਤੇ ਪੰਜਾਬ ਦੇ ਵਿੱਚੋਂ ਦੀ ਲੰਘ ਕੇ ਦਿੱਲੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ ਨਾਦਰ ਸ਼ਾਹ ਜਿਹਨੇ ਹਮਲਾ ਕੀਤਾ ਦਿੱਲੀ ਦੇ ਵਿੱਚ ਉਹਨੇ 120000 ਬੰਦਾ ਮਾਰਿਆ ਦਿੱਲੀ ਦਾ ਮਾਲ ਸੁਆਬ ਦਿੱਲੀ ਦਾ ਧਨ ਦੌਲਤ ਗੱਡੀਆਂ ਦੇ ਉੱਤੇ ਭਰ ਭਰ ਕੇ ਤੇ ਨਾਲ ਉਹਨੇ ਉਸ ਵਕਤ ਇਸਤਰੀਆਂ ਤੇ ਨੌਜਵਾਨ ਲੜਕੇ ਲੜਕੀਆਂ ਤੇ ਨਾਲ 1000 ਹਾਥੀ 7000 ਘੋੜੇ 10000 ਊਂਠ 200 ਚੰਗੇ ਕਾਰੀਗਰ ਆਦਿਕ ਜੜਾ ਸੀ ਉਹ ਆਪਣੇ ਨਾਲ ਲਿਜਾ ਰਿਆ ਸੀਗਾ ਜਦੋਂ ਇਹ ਨਾਦਰ ਸ਼ਾ ਚਨਾਬ ਦੇ ਖੰਡੇ ਖਨੂਰ ਦੇ ਉੱਤੇ ਆਇਆ ਤੇ ਨਵਾਬ ਕਪੂਰ ਸਿੰਘ ਅਤੇ ਇਹਨੇ ਆਪਣੇ ਸਾਥੀਆਂ ਦੇ ਨਾਲ ਇਹਨੂੰ ਹੱਲਾ ਕੀਤਾ ਇਹਦੇ ਕੋਲੋਂ ਕੀਮਤੀ ਸਮਾਨ ਲੁੱਟਿਆ ਤੇ ਨਾਲ ਹੀ ਬਹੁ ਗਿਣਤੀ ਦੇ ਵਿੱਚ ਨੌਜਵਾਨ ਲੜਕੇ ਤੇ ਲੜਕੀਆਂ ਜਿਹੜਾ ਨਾਦਰ ਸ਼ਾਹ ਬੰਦੀ ਬਣਾ ਕੇ ਲਿਜਾ ਰਿਆ ਸੀਗਾ ਉਹਨਾਂ ਨੂੰ ਆਪਣੇ ਨਾਲ ਜਿਹੜਾ ਸੀਗਾ ਉਹ ਲਜਾ ਕੇ ਉਹਨਾਂ ਦੇ ਘਰੋਂ ਕਰੀ ਜਿਹੜਾ ਸੀ ਉਹ ਪਚਾਇਆ ਇਸ ਤਰ੍ਹਾਂ ਨਵਾਬ ਕਪੂਰ ਸਿੰਘ ਉਨ੍ਹਾਂ ਦਾ ਜੀਵਨ ਬਹੁਤ ਹੀ ਛਲਾਂਗਾ ਜੋਗ ਹੈ ਭਾਵੇਂ ਕੀ ਉਮਰ ਉਨ੍ਹਾਂ ਦੀ ਲਗਭਗ ਕਹਿ ਸਕਦੇ ਹਾਂ 56 ਕੁ ਸਾਲ ਦੀ ਸੀ ਪਰ ਯੋਧਿਆਂ ਦੀ ਤਰ੍ਹਾਂ ਤੇ ਇੱਕ ਬੇਦਾਸ਼ ਬਾਦਸ਼ਾਹ ਦੀ ਤਰ੍ਹਾਂ ਇੱਕ ਵਧੀਆ ਆਗੂ ਦੀ ਤਰ੍ਹਾਂ ਉਨ੍ਹਾਂ ਨੇ ਜ਼ਿੰਦਗੀ ਜੀਉਂਦਿਆਂ ਹੋਇਆਂ ਸਮੇਂ ਦੀ ਹਕੂਮਤ ਨੂੰ ਜਿਹੜਾ ਸੀਗਾ ਉਹ ਵਖਤ ਪਾ ਕੇ ਰੱਖਿਆ ਬਹੁਤ ਸਾਰੀਆਂ ਪ੍ਰਾਪਤੀਆਂ ਸਿੱਖ ਕੌਮ ਵਾਸਤੇ ਨਵਾਬ ਕਪੂਰ ਸਿੰਘ ਨੇ ਕੀਤੀਆਂ ਤੇ ਅਖਰ 1753 ਅੱਜ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਨਵਾਬ ਕਪੂਰ ਸਿੰਘ ਨੇ ਇੱਕ ਇਕੱਠ ਸੱਦਿਆ ਇਕੱਠ ਸੱਦੇ ਵਿੱਚ ਉਹਨਾਂ ਨੇ ਆਪਣਾ ਅੰਤਮ ਸਮਾਂ ਜਾਣ ਕੇ ਪੰਥ ਦੀ ਵਾਗਡੋਰ ਜਿਹੜੀ ਸੀ ਉਹ ਜੱਸਾ ਸਿੰਘ ਆਲੋ ਵਾਲੀ ਉਹਨਾਂ ਨੂੰ ਦੇਖ ਕਰਕੇ ਤੇ ਆਪ ਅੰਮ੍ਰਿਤਸਰ ਦੇ ਵਿੱਚ ਹੀ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ ਤੇ ਜਿਹੜੀ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਗਾਤਰੇ ਵਾਲੀ ਕਿਰਪਾਨ ਸੀ ਜੋ ਮਾਤਾ ਸੁੰਦਰ ਕੌਰ ਜੀ ਦੇ ਕੋਲੋਂ ਪ੍ਰਾਪਤ ਕੀਤੀ ਸੀ ਉਹ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਸੌਂਪ ਕੇ ਆਪ ਚੜ੍ਹਾਈ ਕਰ ਗਏ